दिन भर आजाद कश्मीर के नवाही इलाके रचियाल से बुजुर्ग शहरी अनायत अली पुलिस और बासर अफराद के हाथों होने वाले जुल्म से तंग आकर प्रेस क्लब पहुंच गए। मीडिया से बात करते हुए बुजुर्ग शहरी का कहना था कि तकरीबन 10 साल हो गए ना शोकत अली ने 739 नंबर पे स्टे कराया सी उदा वो दवाया सी मारता है वो ना खत्म हो गया एक और ना बेकसरी ने दवा मारता कहता जरा बनना ही कोई नहीं मैं टुल टुल गया इतने 10 साल हो गए थक गया वो आपू सो गया टुल जना एक उदा बच्चा लंगलैंड है मैं गरीब आदमी हूँ फिर यह है कि पिंड ने पूरे भी रल गए ਇੱਕ ਗਰੀਬ ਆਦਮੀ ਦੀ ਦਬਾਣੇ ਜਾਣੇ ਮਾਰੀ ਕੋਈ ਚਾਰਾ ਨਹੀਂ ਚੱਲਿਆ ਤਾਂ ਮੈਂ ਤੱਕ ਆਇਆ ਔਰ ਇੱਕ ਸਟੇ ਮੈਂ ਜਾਰੀ ਕਰਾਈ ਸੀ ਸੁਲੇਮਾਨ ਖਾਨ ਔਰ ਵਗੈਰਾ ਉਹਨਾਂ ਦੇ ਭਾਈ ਜਿਹੜੇ ਉਸ ਤੋਂ ਬਾਅਦ ਇਹ 786 ਨੰਬਰ ਹੈ ਜਿਹਦੀ ਸਟੇ ਜਾਰੀ ਕਰਾਈ ਹੈ ਇਹ ਮਾੜਾ ਰਕਬਾ ਜਿਹੜਾ ਹੈ ਮੁਸ਼ਤਰਕਾ ਨੰਬਰ ਹੈ ਸਾਡਾ 786 ਇਹ ਪੁਰਾਣੀ ਆਬਾਦੀ ਦਾ ਨੰਬਰ ਹੈ ਅੱਛਾ ਇਹ ਜਨਾਬ ਇਹਨਾਂ ਕਹਿ ਦਿੱਤਾ ਕਿ ਜ਼ੋਰ ਜਬਰੀ ਨਾਲ ਅਸਾਂ ਇੱਕ ਸਟੇ ਕਰਾਈ ਹੈ ਉਹ ਨਹੀਂ ਰੁਕੇ ਫਿਰ ਜਨਾਬ ਕੋਲ ਜੱਜ ਸਾਹਿਬ ਦਾ ਆਰਡਰ ਕਰਾ ਗਿਆ ਉਸ ਕੀ ਦਿੱਤਾ ਗਿਆ ਉਸ ਕੀ ਦਿੱਤਾ ਜਨਾਬ ਉਹਨਾਂ ਫਿਰ ਐਸ ਪੀ ਕੀ ਵੋਟਰ ਕਾ ਐਸ ਪੀ ਕੀ ਮਾਰਾ ਮਤਲਬ ਵਿੱਚ ਅਸਾਂ ਫੋਨ ਕਰਾਇਆ ਢੇਰਾ ਬਟਣੇ ਢੇ ਜਨਾਬ ਤਿੰਨ ਦਿਨ ਤੱਕ ਮੈਂ ਚੌਕੀ 'ਤੇ ਬੈਠਾ ਰਿਹਾ ਉਹਨਾਂ ਕੋਲ ਉਹਨਾਂ ਕੋਈ ਜ਼ਿਆਦਾ ਕੁਝ ਨਹੀਂ ਕਰਾਇਆ ਬੱਤੀ ਤੌਰ 'ਤੇ ਅਗਰ ਜਾਂਦੇ ਸੀ ਤਾਂ ਉਹ ਅਗਾਂ ਪਿੱਛਾ ਹੋ ਜਾਂਦੇ ਸੀ ਤਾਂ ਮੁਰਕਿਆਂ ਨੇ ਤੂੰ ਟੁੱਲ ਜਾ ਫਿਰ ਜਿਸ ਦਿਨ ਲੈਟਰ ਪਿਆ ਠੀਕ 8 ਵਜੇ ਤੋਂ ਲੈ ਕੇ ਮੈਂ ਜਨਾਬ 12 ਵਜੇ ਤੱਕ ਉਸ ਕੋਲ ਬੈਠਾ ਰਿਹਾ ਫਿਰ ਚੌਕੀ ਅਫਸਰ ਉੱਠਿਆ ਉੱਠ ਕੇ ਜਨਾਬ ਆਇਆ ਤਾਰਾ ਬਾਬਾ ਤੂੰ ਜਾ ਮੈਂ ਚਲਾ ਗਿਆ ਘਰ ਚਲਾ ਗਿਆ ਤਾਂ ਫਿਰ 10 ਮਿੰਟਾਂ ਤੋਂ ਬਾਅਦ ਬਾਰਿਸ਼ ਹੋਣੀ ਪਈ ਵੀ ਬੁਲਾਇਆ ਨੇ ਆ ਜਾ ਆਇਆ ਫਿਰ ਉਹਨਾਂ ਕੀ ਬੁਲਾਇਆ ਨੇ ਅਦਾ ਉੱਥੇ ਜਨਾਬ ਗੋਲ ਮੋਲ ਕਰ ਗਏ ਵੀ ਜਨਾਬ ਕੋਰਟ ਫਿਰਿਆ ਨੇ ਮਹਾਲਾ ਬਹੁਤ ਬੜੀ ਰਬਲੀ ਹੋਈ ਹੈ ਅਦਾਲਤ ਨੇ ਵੀ ਮਤਲਬ ਹੈ ਇਹਨਾਂ ਕੋਈ ਗੱਲ ਨਹੀਂ ਸੁਣੀ ਔਰ ਐਸ ਪੀ ਨੇ ਵੀ ਕੋਈ ਗੱਲ ਨਹੀਂ ਸੁਣੀ ਇਹ ਜਨਾਬ ਦੇਖੋ ਇਹ ਪੁਲਿਸ ਨੇ ਰਲ ਮਿਲ ਕੇ ਸਾਰਾ ਕੁਛ ਕਰਿਆ ਗਾ ਮਿਹਰਬਾਨੀ ਕਰਨੀ ਹੈ ਦੇਖਣਾ ਅਗੇ ਇਹ ਹੁਕਮ ਚਲਾਈ ਸਭ ਕੁਝ ਹੋਏ ਆ ਇਹਦੇ ਬਾਵਜੂਦ ਇਹਨਾਂ ਜਨਾਬ ਨੇ ਸਾਰਾ ਕੁਛ ਕੀਤਾ ਅਤੇ ਵਜ਼ੀਰੇ ਆਜ਼ਮ ਅਗਰ ਸੁਣ ਲੈਣ ਪਏ ਤਾਂ ਉਹ ਬੰਦਾ ਜਿਹਦੇ ਘਰ ਗਏ ਸੋ ਤੁਸੀਂ ਆਖਿਆ ਸੀ ਵਾ ਮਾਮਲਾ ਅਸੀਂ ਮਕਾਂਗੇ ਇਲੈਕਸ਼ਨ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਮੈਂ ਤੁਹਾਂ ਕੋਲ ਕਾਗਜ਼ ਲੈ ਕੇ ਗਿਆ ਸੀ ਮੈਂ ਗਰੀਬ ਆਦਮੀ ਤੁਹਾਡੇ ਡੇਰੇ 'ਤੇ ਗਿਆ ਸੀ ਜਨਾਬ ਕੀ ਜਨਾਬ ਆਖਿਆ ਵਾ ਅਸੀਂ ਗੱਲ ਨਹੀਂ ਗੱਲ ਕੋਈ ਨਹੀਂ ਅਸੀਂ ਮਤਲਬ ਕਰਨੇ ਲੇਕਿਨ ਇਹ ਹੈ ਕਿ ਮੈਂ ਮਾੜਾ ਬੰਦਾ ਪੁਲਿਸ ਵੀ ਗੱਲ ਮਾਲ ਕੋਈ ਸੁਣਿਆ ਗਲਤ ਵੀ ਮਾੜੀ ਗੱਲ ਕੋਈ ਨਾ ਸੁਣਿਆ ਮੈਂ 15 ਮਕਲੇ ਮੈਂ ਇਸ ਵੇਲੇ ਚੱਲ ਰਹੇ ਸਭ ਝੂਠੇ ਚੱਲ ਰਹੇ ਜੇ ਕੁਝ ਹੋ ਸਕਣਾ ਹੈ ਤਾਂ ਮਤਲਬ ਇਹਨਾਂ ਦੀ ਆਰਡਰ ਕਰੋ ਔਰ ਜਾ ਕੇ ਮਾੜਾ ਮਾਮਲਾ ਸਿੱਧਾ ਕਰ ਮੈਨੂੰ ਕਿਸੇ ਦੀ ਕੋਈ ਜ਼ਮੀਨ ਨਹੀਂ ਚਾਹੀ ਨਹੀਂ ਮੈਨੂੰ ਆਪਣੀ ਜ਼ਮੀਨ ਧਿਰਦੇ ਕਰ ਗਏ ਗਲਤ ਮਾਲ ਵਾਲੇ ਜਿਹੜੇ ਪਟਵਾਰੀ ਗੁਰਦੋਂ ਮੌਕੇ 'ਤੇ ਜਾਣ ਅਗਰ ਮੈਂ ਨਜ਼ਾਇਜ਼ ਬੈਠੇ ਹਾਂ ਮੈਂ ਦੇਣੇ ਵਾਸਤੇ ਤਿਆਰ ਹਾਂ ਲੇਕਿਨ ਮਾੜੀ ਜਿਹੜੀ ਅੰਮੀ ਮਿਲਣੀ ਚਾਹੀਦੀ ਹੈ ਤੇ ਜੇ ਨਹੀਂ ਤਾਂ ਤੇਲ ਸੱਟ ਕੇ ਮੈਂ ਸੜ ਜਾਵਾਂਗਾ ਜਿਹੜਾ ਮਾੜੇ ਨਾਲ ਅਸਰ ਕੀਤਾ ਜਨਾਬ ਹੁਣ ਸਾਰੇ ਬੰਦੇ ਜਿਹੜੇ ਮੋਟੇ ਮੋਟੇ ਨੇ ਰਲ ਗਏ ਜਨਾਬ ਇਹਨਾਂ ਲੈਟਰ ਨੂੰ ਹੋਇਆ ਮੈਨੂੰ ਵੇਚ ਕੀਤਾ ਮੈਂ ਘੱਲਾ ਸਾਂ ਅਤੇ ਚੁੱਪ ਕਰ ਗਿਆ ਜਨਾਬ ਤਾਂ ਮਾੜੀ ਦਰਖਾਸਤ ਬੈਠਾ ਥਾ ਕਿ ਅੱਜ ਮੈਂ ਮੀਡੀਆ 'ਤੇ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਕਰਦੇ ਹਾਂ ਮਿਹਰਬਾਨੀ ਕਰਨੀ ਹੈ ਅਗਰ ਹੋ ਸਕਿਆ ਤਾਂ ਜਨਾਬ ਅਸੀਂ ਗਰੀਬ ਆਦਮੀ ਹਾਂ ਕੋਈ ਮਦਦ ਹੋ ਸਕਦੀ ਹੈ ਤਾਂ ਕਰੋ ਇਹ ਜਨਾਬ ਗ੍ਰਾਮ ਆ ਇਹ ਪਟਵਾਰੀ ਵੀ ਇਹਨਾਂ ਨਾਲ ਮਿਲੇ ਨਾ ਫਿਰ ਇਹ ਹੈ ਗ੍ਰਾਮ ਇੱਕ ਬੰਦਾ ਜਿਹੜਾ ਇਹ ਨਵਾਬ ਸਾਹਿਬ ਅੱਛੇ ਤਰੀਕੇ ਜਾਣਦੇ ਹੋਣਗੇ ਆਪਣਾ ਰਿਆਜ਼ ਸਾਹਿਬ ਜਿਹਨੇ ਜਿਹੜੇ ਮਜ਼ਦੂਰ ਜਨਾਬ ਸਾਰੀ ਚਾਲ ਉਹ ਖਰਾਬ ਕਰ ਰਹੇ ਉਹਨਾਂ ਦੇ ਪਿੱਛੇ ਤੁਸੀਂ ਕੋਈ ਨਾਂ ਲੈ ਜਾਣ ਰਹੇ ਹਾਂ ਇਲਾਵਾ ਕੋਈ ਵੀ ਨਹੀਂ ਮੇਰਾ ਮਾਮਲਾ ਘੱਲ ਹੋ ਸਕਣਾ ਤਾਂ ਮਿਹਰਬਾਨੀ ਕਰਨੀ ਹੈ ਨਹੀਂ ਤਾਂ ਮੈਂ ਜਨਾਬ ਵੀ ਲੈ ਕੇ ਡੱਕ ਛੋੜੋ ਇੱਥੇ ਜੇਲ ਦੀ ਨਹੀਂ ਬਾਹਰ ਵੀ ਛੋੜ ਕੇ ਘੱਲ ਮੁਕਲਾਂ ਅਤੇ ਸਾਰੇ ਮੈਂ ਮਹਿਕਮਾ ਟੋੜੋ ਜੇ ਕੋਈ
ਮੈਂ ਮਰਨ ਚਾਹਾਂਗਾ ਔਰ ਇਹ ਆ ਵੀ ਮੈਂ ਜਿਸ ਗੱਲ ਖੋ ਕੇ ਮੰਨਾਂਗਾ। ਲੇਕਿਨ ਜੇ ਉਹ ਗਲਤ ਦੱਸੇ ਜਨਾਬ ਤੁਸਾਂ ਇਹ ਹੁਣ ਮਾੜਾ ਬਿਆਨ ਜਿਹੜਾ ਜਾਰੀ ਹੋਇਆ ਤੁਸੀਂ ਮਿਹਰਬਾਨੀ ਕਰਨੀ ਹੋ। ਅਕਾਲੀ ਨੇ ਕਾਗਜ਼ ਵੀ ਮੌਜੂਦ ਹਨ ਮਾਰੇ ਕੋਲ, ਮੈਂ 5-7-6-10 ਸਾਲ ਤੋਂ ਟੁੱਟ ਰਿਹਾ, ਸਾਰੇ ਮਾਰੇ ਕੋਲ ਜਮ੍ਹਾਂਬੰਦੀ ਮੌਜੂਦ। ਇਹ ਜਿਹੜੇ ਸਟੇਕ ਹੋਲਡਰ ਨੇ ਕਰਿਆ ਇਹ ਵੀ ਮਾੜਾ ਸਾਂਝਾ ਰੱਖਦਾ ਹੈ, ਗਲੀ ਬੰਨ੍ਹ ਕੇ ਖੜੇ ਨੇ, ਮਾੜੇ ਬੱਚੇ ਦਿਖ ਨੇ, ਮਾੜੀ ਬੱਚੀ ਨੇ ਜਨਾਬ ਉੱਥੋਂ ਉਹਨਾਂ ਨੇ ਪਾਣੀ ਕੋਲੀ ਤਰੀਕਾ ਦਿਹਾੜਾ ਹੋ ਗਿਆ, ਉਹਨਾਂ ਨਾਲ ਤਰੋੜ ਛੋੜੇ ਜਨਾਬ ਨੇ ਬਹੁਤ ਖਰਾਬ ਕੀਤਾ ਨੇ ਉਹਨਾਂ ਦਾ ਬੱਚਾ।